ਐਸੋਸੀਏਸ਼ਨ ਜਿੰਦਾਬਾਦ, ਨੰਬਰਦਾਰ ਚੌਕੀਦਾਰ ਐਸੋਸੀਏਸ਼ਨ ਜਿੰਦਾਬਾਦ, ਨੰਬਰਦਾਰ ਚੌਕੀਦਾਰ ਐਸੋਸੀਏਸ਼ਨ ਜਿੰਦਾਬਾਦ। ਓਕੇ ਓਕੇ ਜੀ, ਆਪਣਾ ਨਾਮ ਦੱਸੋ ਤੇ ਅੱਜ ਪ੍ਰੋਟੈਸਟ ਕਰਾਂਗੇ ਕਿਹਦੇ ਬਾਰੇ 'ਚ ਕਰਾਂਗੇ? ਮੈਂ ਚੌਕੀਦਾਰ ਨਾਲਾ ਘੋੜਾ ਆਰੋ ਘੋਲਡੀ ਤਹਿਸੀਲ ਰਾਮਨਗਰ ਦਾ ਜਗਦੇਵ ਮੇਰਾ ਨਾਂ ਹੈ। ਸਾਡੀ ਇਹ ਸਰਕਾਰ ਅੱਗੇ ਬੇਨਤੀ ਹੈ, ਔਰ ਜਿਹੜੇ ਐਲ ਜੀ ਸਾਹਿਬ, ਡੀ ਸੀ ਸਾਹਿਬ, ਸਾਡੇ ਚੀਫ ਮਿਨਿਸਟਰ ਅਮਰ ਅਬਦੁੱਲਾ ਔਰ ਉਹਨਾਂ ਅੱਗੇ ਸਾਡਾ ਇਹ ਰਿਕੁਐਸਟ ਹੈ ਕਿ ਸਾਡੀ ਤਨਖਾਹ ਵਧਾਏ ਜਾਂ ਸਾਡੇ 50 ਰੁਪਏ ਥੋਂਦੇ, ਸਾਡਾ 50 ਰੁਪਏ ਕਰਨਾ ਕੋਈ ਗੁਜ਼ਾਰਾ ਨਹੀਂ ਹੈ। ਅੱਜ ਬਿਜਲੀ ਦਾ ਬਿੱਲ ਦੇਖੋ, ਕਿਰਾਇਆ ਦੇਖੋ, ਕਿਤੇ ਵੀ ਜਾਣਾ ਆ, ਅੱਧੀ ਰਾਤੀ 'ਚ ਅਸੀਂ ਮੈਸੇਜ ਪਾਉਂਦੇ ਕਿ ਲੰਬਰਦਾਰ ਉੱਥੇ ਪੁੱਜੋ, ਚੌਕੀਦਾਰ ਉੱਥੇ ਪੁੱਜੋ, ਤਾਂ ਸਾਡੇ ਕੋਲ ਕੋਈ ਕਿਰਾਇਆ ਨਹੀਂ ਹੁੰਦਾ, ਕਿੰਨੇ ਜਾਣਾ ਆ ਅੱਧੀ ਰਾਤ, ਕੋਈ ਹੋਰ ਤੋਂ ਲਾਈਟ ਟਾਰਚ ਵੀ ਨਹੀਂ ਆ ਸਾਡੇ ਕੋਲ, ਲੇਕਿਨ ਲਾਈਟ ਅਸੀਂ ਕਿੰਨੇ ਜਾਗੇ? ਔਰ ਜਾਨਵਰ ਦਾ ਸਾਂਭਰਾ ਜਾਂ ਕਿਸੇ ਦਾ ਸਾਹਮਣਾ ਕਰਨਾ ਕਿੰਨੇ ਕਰਨਾ ਆ? ਸਾਡੀ ਜਾਨਵਰ ਕਦਰ ਨਹੀਂ ਆ, ਜਿੰਨੀ ਜਾਨਵਰ ਦੀ ਕਦਰ ਹੈ ਉਹਦੀ ਸਾਡੇ ਕੋਲ ਆਉਂਦੀ ਜ਼ਿਆਦਾ ਆ। ਇੱਕ ਜਾਨਵਰ ਗ੍ਰਾਂ 'ਚ ਮਰਿੰਦਾ ਆ, ਫੁੱਟਬਾਲ ਪੜਾਸ਼ੀ ਫੋਰਸ ਪੂਰੀਆਂ ਗੱਡੀਆਂ ਪੂਰਾ ਐਡਮਿਨਿਸਟ੍ਰੇਸ਼ਨ ਪੂਰਾ ਉੱਠ ਜਾਂਦਾ ਆ, ਉਸੀ ਦਫਨ ਕਰਦੇ ਨੇ ਜਾਂ ਕੁਦਾ ਪਜਾਉਂਦੇ ਨੇ, ਬੜੇ ਬੜੇ ਦਫਤਰ ਕੱਫਣ ਸੁੱਟ ਗਿਆ, ਉਸੀ ਦਫਨ ਕਰਦੇ। ਸਾਡਾ ਲੰਬਰਦਾਰ ਚੌਕੀਦਾਰ ਕੋਈ ਮਰਿੰਦਾ, ਉਸੀ ਕੋਈ ਦਫਨ ਕਰਨ ਵਾਸਤੇ ਕੋਈ ਇਹ ਦਿਖਣੇ ਵੀ ਨਹੀਂ ਆਉਂਦਾ ਕਿ ਮਰੀ ਜਾ ਇਨਸਾਨ ਥਾ ਜਾਂ ਕੀ ਚੀਜ਼ ਆ। 60 ਸਾਲ ਸਾਡੇ ਲੰਬਰਦਾਰ ਚੌਕੀਦਾਰ ਬਾਏ ਨੇ ਪਿੱਠੂ 'ਚ ਬਣਾਏ ਆਪਣੇ, ਔਰ ਉਹਨੇ ਆਪਣੀਆਂ ਗੱਠੀਆਂ ਚਗਾਈਆਂ, ਪਹਾੜਾਂ ਦੇ ਲਿੱਤੀਆਂ, ਦੂਰ ਦਰਾਸ ਰਹੁੰਦੇ ਆ, ਪਹਾੜਾਂ 'ਚ ਰਹੁੰਦੇ ਆ, ਉਹਨੇ ਬਸਤਾ ਚਗਾਉਂਦੇ ਨੇ, ਪਟਵਾਰੀ, ਤਹਿਸੀਲਦਾਰ, ਕੋਈ ਵੀ ਡਿਪਾਰਟਮੈਂਟ ਵਾਲੇ, ਇਲੈਕਸ਼ਨ ਟਾਈਮ ਪਰ ਪਿੱਛੋਂ ਹਾਣੀ ਸਾਡੀ ਕੋਈ ਬਾਤ ਨਹੀਂ ਪੁੱਛਦਾ ਇਸ ਵੀ ਕੁਦਾ ਠਿਕਾਣੇ ਪਰ ਪੁੱਜਣਾ ਆ ਜਾਂ ਜਾਣਾ, ਹੁਣ ਸਾਡੇ ਰਿਟਾਇਰ ਕਰੂ ਰਹੇ ਨੇ, 60 ਸਾਲ ਦੇ ਬੰਦੇ ਕੱਢੂ ਰਹੇ ਨੇ, ਉਹਨੇ ਹੋਰ ਤੋਰੇ ਕਈ ਲੂਣ ਜੁੜੇ, ਇੱਕ ਮੱਚ ਜੁੜੇ ਪੈਸੇ ਦਿੱਤੇ ਉਹਨੂੰ, ਰੂਆ ਦੇ ਮਰਚਾਂ ਕਸੀ ਕਸੀ ਘਰ ਰੋਟੀ ਖਾ ਦੇ, ਉਹ ਆਪਣੇ ਪਰਿਵਾਰ ਕੀ ਕਿਹ ਦੱਸਣ? ਅਸੀਂ ਇਹ ਬੇਨਤੀ ਕਰਨੇ ਕਿ ਵਾਰ ਵਾਰ ਇਹ ਗਲਾਣਾ, ਮੇਰਾ ਇਹ ਕਹਿਣਾ ਹੈਗਾ, ਜਾਂ ਅਸੀਂ ਡਿਪਾਰਟਮੈਂਟ ਕੀ ਖਤਮ ਕਰੋ, ਜਾਂ ਸਾਡੀ ਤਨਖਾਹ ਕਮ ਸੇ ਕਮ 25,000 ਹੋਣਾ ਚਾਹੀਦੀ ਹੈ। ਠੀਕ ਹੈ, ਮੈਂ ਇੰਡੀਆ ਗਿਆ ਕਰਨਾ ਹੈ। ਸ਼ੁਕਰੀਆ ਠੀਕ ਨਾ ਜੀ, ਆਪਣਾ ਨਾਂ ਸੁਣਾਓ ਔਰ ਜਿਹੜਾ ਪ੍ਰੋਟੈਸਟ ਕਰਾ ਦੇ ਕਿਹਦੇ ਮਸਲੇ 'ਚ ਕਰਾਂ? ਸਰ ਮੇਰਾ ਨਾਂ ਪਰਸ਼ੋਤਮ ਲਾਲ ਹੈ, ਮੈਂ ਪ੍ਰੈਜੈਂਟ ਹੂੰ। ਤੋ ਮੇਰਾ ਕਹਿਣੇ ਦਾ ਮਤਲਬ ਇਹ ਕਿ ਜੋ ਹਮਾਰੀ ਸੈਲਰੀ ਹੈ ਬਹੁਤ ਕਮ ਹੈ, ਇਸ ਸੈਲਰੀ ਸੇ ਹਮਾਰਾ ਗੁਜ਼ਾਰਾ ਨਹੀਂ ਹੋ ਰਿਹਾ ਹੈ। ਤੋ ਮੈਂ ਰਿਕੁਐਸਟ ਕਰਤਾ ਹੂੰ ਐਲ ਜੀ ਸਾਹਿਬ ਸੇ ਔਰ ਸੀ ਐਮ ਸੇ ਕਿ ਦੇਖੋ ਇਸ ਵਕਤ ਜੋ ਬਿਜਲੀ ਕਾ ਕਿਰਾਇਆ ਹੈ ਵੋ ਵੀ ਕਿਤਨਾ ਆ ਰਿਹਾ ਹੈ ਅੱਜਕੱਲ੍ਹ, ਬਿਜਲੀ ਕਾ ਕਿਰਾਇਆ, ਬੱਚੋਂ ਕੀ ਫੀਸ ਵਗੈਰਾ, ਕਹਾਂ ਸੇ ਪੂਰੀ ਕਰੇਗਾ? ਹਮ 50 ਰੁਪਏ ਪਰ ਡੇ ਕਾ ਮਿਲ ਰਿਹਾ ਹੈ ਹਮਕੋ, ਹਮ ਨਹੀਂ ਗੁਜ਼ਾਰਾ ਕਰ ਪਾ ਰਹੇ ਹੈ। ਤੋ ਹਮ ਹਮਾਰੀ ਜਿਹੀ ਗੁਜ਼ਾਰਿਸ਼ ਹੈ ਉਨਸੇ ਕਿ ਕਮ ਸੇ ਕਮ ਲੰਬਰਦਾਰ ਚੌਕੀਦਾਰੋਂ ਕੇ ਸਾਥ ਇਨਸਾਫ ਕੀਆ ਜਾਏ, ਕਮ ਸੇ ਕਮ 25,000 ਰੁਪਿਆ ਮਿਲਣਾ ਚਾਹੀਏ ਹਮੇਂ ਮੰਤਰੀ ਕਾ, ਬਸ ਯਹੀ ਗੁਜ਼ਾਰਿਸ਼ ਕਰੇਂਗੇ ਹਮ। ਥੈਂਕ ਯੂ।